ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਅਨੁਸਾਰ ਸੂਬੇ ਵਿੱਚ ਗਰੀਬ ਦਬਕੇ ਦੇ ਲੋਕਾਂ ਬੇਕਰਿਆਂ ਅਤੇ ਲੋੜਵੰਦਾਂ ਨੂੰ ਸਸਤਾ ਖਾਣਾ ਮੁਹੱਈਆ ਕਰਾਉਣ ਦੀ ਯੋਜਨਾ ਆਰੰਭ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਰੋਪੜ ਵਿੱਚ ਵੀ ਆਪਣੀ ਰਸੋਈ ਦੀ ਸ਼ੁਰੂਆਤ ਕੀਤੀ ਗਈ। ਜ਼ਿਲ੍ਹਾ ਰੈੱਡ ਕਰਾਸ ਵੱਲੋਂ ਬਣਾਏ ਰਿਫਰੈਸ਼ਮੈਂਟ ਪੁਆਇੰਟ ਤੋਂ ਲੋੜਵੰਦਾਂ ਅਤੇ ਗਰੀਬਾਂ ਨੂੰ 10 ਰੁਪਏ ਵਿੱਚ ਵਧੀਆ ਸਾਫ਼ ਸੁਥਰਾ ਅਤੇ ਹਾਈਜੈਨਿਕ ਦੁਪਹਿਰ ਦਾ ਖਾਣਾ ਮੁਹੱਈਆ ਕਰਾਉਣ ਦੀ ਸਕੀਮ ਦੀ ਲਾਂਚਿੰਗ ਡਿਪਟੀ ਕਮਿਸ਼ਨਰ ਗੁਰਨੀਤ ਤੇਜ ਨੇ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪਹਿਲੇ ਦਿਨ 250 ਵਿਅਕਤੀਆਂ ਨੂੰ ਦੁਪਹਿਰ ਦੇ ਖਾਣੇ ਦੇ ਪੈਕੇਟ ਮੁਹੱਈਆ ਕਰਾਏ ਗਏ ਨੇ। ਮੰਤਵ ਨਾਲ ਸ਼ੁਰੂ ਕੀਤੀ ਗਈ ਹੈ ਉਹ ਇਹੀ ਹੈਗਾ ਕਿ ਸਾਰਿਆਂ ਨੂੰ ਸਸਤੀ ਰੋਟੀ ਪ੍ਰੋਵਾਈਡ ਕੀਤੀ ਜਾ ਰਹੀ ਹੈ। ਸਿਰਫ ਅਸੀਂ ਆਪਣੀ ਰਸੋਈ ਦਾ ਇਹਦਾ ਨਾਂ ਰੱਖਿਆ ਹੈਗਾ, ਇਹ ਸਾਰਿਆਂ ਦੀ ਆਪਣੀ ਰਸੋਈ ਹੈ ਅਤੇ ਮੈਂ ਤਾਂ ਇਹ ਵੀ ਕਹਾਂਗੀ ਇਹ ਸਾਂਝੀ ਰਸੋਈ ਵੀ ਹੈ, ਕਿਉਂਕਿ ਅਸੀਂ ਐਕਸਪੈਕਟ ਕਰਦੇ ਹਾਂ ਕਿ ਜਿਹੜੀ ਪਬਲਿਕ ਹੈ ਉਹ ਵੀ ਬਹੁਤ ਵੱਡੇ ਪੱਧਰ 'ਤੇ ਇਹਦੇ 'ਚ ਕੰਟਰੀਬਿਊਟ ਕਰੇਗੀ, ਕਿਉਂਕਿ ਰੈੱਡ ਕਰਾਸ ਦੇ ਫੰਡਸ ਨਾਲ ਅਸੀਂ ਇਹਨੂੰ ਰਨ ਕਰਨਾ ਹੈ। ਜਿੰਨੀ ਸਾਨੂੰ ਪਬਲਿਕ ਕੰਟਰੀਬਿਊਸ਼ਨ ਆਏਗੀ ਉਨਾ ਅਸੀਂ ਚੰਗਾ ਪ੍ਰੋਵਾਈਡ ਕਰ ਸਕਾਂਗੇ। ਸਾਡੇ ਵੱਲੋਂ ਕੋਸ਼ਿਸ਼ ਇਹ ਹੋਏਗੀ ਕਿ ਅਦਰ ਦੈਨ ਦ ਫੈਕਟ ਕਿ ਉਹ 10 ਰੁਪਏ ਦੀ ਹੈ, ਅਸੀਂ ਫੁੱਲ ਕੁਆਲਿਟੀ ਫੂਡ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਬਾਊਟ 1200 ਤੋਂ 1300 ਕੈਲਰੀਜ਼ ਜਿਹੜੀਆਂ ਕਿ ਰਿਕਮੈਂਡਡ ਕੈਲਰੀ ਰਿਕੁਆਇਰਮੈਂਟਸ ਹੁੰਦੀਆਂ ਨੇ ਇੱਕ ਮੀਲ ਦੀਆਂ, ਉਸ ਹਿਸਾਬ ਨਾਲ ਅਸੀਂ ਮੀਲ ਪਲਾਨ ਕੀਤੀ ਹੈ। ਐਂਡ ਫਰੋਮ ਵਾਟ ਆਈ ਸੀ ਆਈ ਐਮ ਪੋਜ਼ਿਟਿਵ ਕਿ ਇਹਦੀ ਕਾਫ਼ੀ ਅਪਟੇਕ ਅੱਛੀ ਰਹੇ।